एसआईटी मुखी एचएस पुल्लर जिहड़े ने उह सवाल जवाब करनगे तां दो वार पहलां भी पुछगिछ हो चुकी है। 18 दसंबर नूं दस दईए कि सवाल जवाब विक्रम मजीठिया तों कीते गए सन। 7 घंटे तक सवाल जवाब कीते गए सी, दुबारा तों उहनां नूं सद्या गया 28 दसंबर नूं, पर उहनां ने इह कहि के मना कर दित्ता कि शहीदी दिन चल रहे ने साहिबजादियां दे, तां इस करके उह नहीं शमूलियत कर सकदे, कह लईए कि पुछगिछ दे लई पेश नहीं हो सकदे। तां दुबारा तों उहनां नूं 30 दसंबर नूं सद्या गया और फिर वो पहुंचते ने। असी वेख्या कि अचनचेत विक्रम मजीठिया उत्थे पहुंचते ने, हालांकि कोई जानकारी पहला नहीं सी कि वो आउणगे कि नहीं, और उस तो बाद उन्होंने कई सवाल खड़े किए, इस तो पहला भी उन्होंने कई सवाल खड़े किए ने इन्हां जांच नूं लैके, या फिर कह लईए कि जिस तरीके दे नाल केस चल रहा है। तो हुण दोबारा तो समन किया गया है, दोबारा तो जिहड़ी पुछगिछ है वह विक्रम मजीठिया तो होनी। तदरकों के मामले दे विच वड्डी खबर है, दस्सिए कि घट गिनती कमिशन ने रिपोर्ट मंगी है, पंजाब सरकार तो रिपोर्ट तलब की है 20 जनवरी तक मामले दे विच रिपोर्ट दी जाए। कहा गया है सिख बुद्धिजीवी खुशहाल सिंह दे वल्लों शिकायत की गई है, सिख बुद्धिजीवी खुशहाल सिंह ने शिकायत की है, जिस तों बाद रिपोर्ट मंगी गई है पंजाब सरकार तो, इस दे बाबत रिपोर्ट तलब की गई है, सारा वेरवा दिता जाए। घट गिनती कमिशन ने यह रिपोर्ट मंगी है, दस्सिए कि कौंके कथित तौर पर तसीहे दे के शहीद किया गया है। इस किस्म के नाल यह सारा कुछ पिछले दिनों के चर्चावां है और कई तरह के सवाल खड़े हो रहे हैं उस वेले दीआं सरकारां ते, तां जिस मामले दे विच हुण पंजाब सरकार तो जवाब मंगया गया है। ਤਾਂ ਪੰਜਾਬ ਦੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਗੱਠਜੋੜ ਦੇ ਆਸਾਰ ਮੱਧਮ ਪੈ ਰਹੇ ਨੇ। ਮੁੱਖ ਮੰਤਰੀ ਮਾਨ ਨੇ ਪੰਜਾਬ ਬਣੇਗਾ ਹੀਰੋ ਇਸ ਵਾਰ 13-0 ਦਾ ਨਾਰਾ ਦਿੱਤਾ, ਤਾਂ ਕਾਂਗਰਸ ਨੇ ਵੀ 13 ਦੀਆਂ 13 ਸੀਟਾਂ ਜਿੱਤਣ ਦਾ ਦਾਅਵਾ ਕਰ ਦਿੱਤਾ। ਪੂਰੇ ਦੇਸ਼ ਦਾ ਪੰਜਾਬ ਬਣੂਗਾ ਹੀਰੋ ਇਸ ਵਾਰ ਲੋਕ ਸਭਾ 'ਚ, ਪੰਜਾਬ 'ਚੋਂ 13-0। ਸੰਗਰੂਰ ਦੀ ਸਟੇਜ ਤੋਂ ਮੁੱਖ ਮੰਤਰੀ ਦੇ ਵੱਲੋਂ ਦਿੱਤੇ ਗਏ ਇਸ ਬਿਆਨ ਨੇ ਸੂਬੇ 'ਚ ਸੀਟ ਸ਼ੇਅਰਿੰਗ ਤੇ ਲਗਾਏ ਜਾ ਰਹੇ ਕਿਆਸ ਤੇ ਆਪਣੇ ਵਰਕਰਾਂ ਤੇ ਕਾਂਗਰਸ ਵਾਲਿਆਂ ਨੂੰ ਵੀ ਜਵਾਬ ਦੇ ਦਿੱਤਾ। ਸੰਗਰੂਰ 'ਚ ਸੀਐਮ ਬੋਲ ਰਹੇ ਸਨ ਤਾਂ ਹੰਕਾਰ ਲੋਕ ਸਭਾ ਚੋਣਾਂ 'ਚ ਜਿੱਤ ਦੀ ਭਰੀ ਤੇ ਨਾਲ ਹੀ ਦਾਅਵਾ ਸਾਰੀਆਂ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਦੇ ਉੱਤੇ ਜਿੱਤ ਦਾ ਵੀ ਠੋਕ ਦਿੱਤਾ। ਪਹਿਲੀ ਵਾਰ ਅਨਾਊਂਸ ਕਰਨ ਲੱਗਿਆ ਤੁਹਾਡੇ ਸਾਹਮਣੇ, TV 2 ਤੇ ਵੀ ਅੱਜ ਚੱਲੂਗਾ, ਜਾ ਕੇ ਦੇਖ ਲਿਓ, ਪੂਰੇ ਦੇਸ਼ ਦਾ ਪੰਜਾਬ ਬਣੂਗਾ ਹੀਰੋ ਇਸ ਵਾਰੀ ਪੰਜਾਬ 'ਚੋਂ 13-0 ਲੋਕ ਸਭਾ 'ਚ। ਸੂਪੜੇ ਸਾਫ ਹੋਣਗੇ ਇਹਨਾਂ ਦੇ ਸਾਰਿਆਂ ਦੇ। ਮੁੱਖ ਮੰਤਰੀ ਦੇ ਕਹੇ ਦੇ ਮੁਤਾਬਿਕ TV ਤੇ ਤਾਂ ਤੁਸੀਂ ਬਿਆਨ ਜ਼ਰੂਰ ਸੁਣ ਰਹੇ ਹੋ, ਪਰ ਇਸ ਬਿਆਨ ਦੇ ਮਤਲਬ ਵੀ ਤਾਂ ਕਈ ਕੱਢੇ ਜਾ ਰਹੇ ਨੇ। ਇੱਕ ਮਤਲਬ ਕਿ ਵਿਰੋਧੀਆਂ ਨੂੰ ਚੈਲੰਜ ਕਿ ਕੋਈ ਵੀ ਸੀਟ ਜਿੱਤਣ ਨਹੀਂ ਦੇਣੀ, ਤੇ ਦੂਜਾ 13-0 ਵਾਲੇ ਨਾਰੇ 'ਚ ਅਲਾਈਅੰਸ ਪਾਰਟਨਰਾਂ ਦੀ ਕੋਈ ਥਾਂ ਨਜ਼ਰ ਨਹੀਂ ਆਈ। ਸੀਐਮ ਦੇ ਬਿਆਨ ਦਾ ਮਤਲਬ ਸਾਫ ਸੀ ਕਿ 13 ਸੀਟਾਂ ਦੇ ਉੱਤੇ ਇਕੱਲੇ ਹੀ ਲੜਾਂਗੇ। ਨਹਿਰਾਂ ਹੀ ਖਤਮ ਹੋ ਜਾਂਦੀਆਂ ਖੇਤਾਂ 'ਚ ਯਾਰ, ਇਹ ਇਹਨਾਂ ਦੇ ਕਾਹਦੇ ਨੱਕੇ ਨੱਕੇ ਤਾਂ ਤੁਸੀਂ ਲਾਏ ਨੇ 2022 'ਚ, ਜਿਹੜੇ 2022 ਵਾਲੇ ਨੱਕੇ ਨੇ ਨਾ ਉਹ ਨਹੀਂ ਹੁਣ, ਉਹ ਨਹੀਂ ਟੁੱਟਣੇ, ਉਸੇ ਗੱਲ ਤੋਂ ਰੋਂਦੇ ਫਿਰਦੇ ਨੇ ਹੁਣ। 13-13 ਵਾਲਾ ਦਾਅਵਾ ਕਾਂਗਰਸ ਵੀ ਕਰਨ ਤੋਂ ਪਿੱਛੇ ਨਹੀਂ। 3 ਦਿਨ ਤੋਂ ਚੰਡੀਗੜ੍ਹ 'ਚ ਮੰਥਨ ਕਰ ਰਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਇੰਚਾਰਜ ਵੀ ਲੋਕ ਸਭਾ ਦੀ ਇੱਕ ਵੀ ਸੀਟ ਕਿਸੇ ਲਈ ਛੱਡਣ ਨੂੰ ਤਿਆਰ ਨਹੀਂ। 13 ਦੀਆਂ 13 ਸੀਟਾਂ ਤੇ ਜਿੱਤ ਦਾ ਦਾਅਵਾ ਤਾਂ ਸਭ ਦਾ ਹੈ, ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ ਤੇ BJP ਦਾ ਵੀ, ਪਰ ਸੀਐਮ ਦੇ ਬਿਆਨ ਨੇ ਅਲਾਈਅੰਸ ਨੂੰ ਪੰਜਾਬ 'ਚ 0 ਜ਼ਰੂਰ ਕਰ ਦਿੱਤਾ ਹੈ। ਖੈਰ ਦੇਖਣਾ ਹੋਵੇਗਾ ਕਿਸ ਦੇ ਖਾਤੇ ਦੇ ਵਿੱਚ ਹੁੰਦਾ ਹੈ 13-0 ਤੇ ਪੰਜਾਬ ਦੀ ਜਨਤਾ ਕਿਸ ਨੂੰ ਬਣਾਉਂਦੀ ਹੈ ਹੀਰੋ। ਸੰਗਰੂਰ ਤੋਂ ਚਰਨਜੀਤ ਕੌਸ਼ਲ ਦੇ ਨਾਲ ਚੰਡੀਗੜ੍ਹ ਤੋਂ ਅਮਨ ਭਾਰਦਵਾਜ, ਨਿਊਜ਼ 18 ਪੰਜਾਬ।